लो भाई सजनों मित्रों बेलियो अज अपने कोल जो वीडियो है वह है जी सिद्धू मूसे वाला मतलब लाइव उन्हों का कोई शो है शो है यार। वो क्लिप आया तो यदा जो टाइटल लिखा है कि सिद्धू मूसे वाले लोग जोड़े ने गाणी की धुन तो वो गाने पछाण लगे सर। बिल्कुल चलो आप जरा पहले वीडियो वेख रहे हैं तो प्ले कर रहे हैं जी। पछाण दो गीत कड़ा है जिन्ना चिर पछाणगे पछाणणगे नहीं उन्ना चिर सुनवा नहीं जोर ला लेना ठीक है। पछाण दो एक बार च दस दया करो भरा बन के। हाँ जी हाँ जी भाई कहना सोहा इस ने हौली हौली पहला नीवियां गलों का कर लिया उच्चिया फिर कर लेंगे क्यों जी। सेल्फ मेड गाना किनू किनू घैंट लगे दसो क्लास फैमिली चो उठे आसल वर्ष पूर्णा और 23 साल की है जिंदगी कद दिती कोई जनूना हो महीने बिच गीत कद बनिया सटार कहता जने खनिया अद्धा सुर होर उच्चा रखो चाचे मामे मिड़ कलास फैमिली चो उठे आसल वर्ष पूना हो 23 साल की है जिंदगी कद दिती कोई जनूना हो महीने बिच गीत कद बनिया सटार कहता जने खनिया चाचे मामिया के सरा ते नहीं उठा नी मैं आप बोलने लैवल है ਇਹ ਗਾਣਾ ਉਹਨਾਂ ਉਹਨਾਂ ਨੂੰ ਚੰਗਾ ਲੱਗਿਆ ਹੋਊ ਜਿਹਨੇ ਚਾਚੇ ਮਾਮੇ ਤੋਂ ਫੋਨ ਨਹੀਂ ਕਰਾਏ ਹੋਣਗੇ ਜੀ ਮੈਨੂੰ ਆ ਇੱਥੇ ਮੈਨੂੰ ਲਾਈਨ 'ਚ ਲੱਗਿਆ ਖੜਾ ਸਹੀ ਹੈ ਨਾ ਜਿਨ੍ਹਾਂ ਦੇ ਖੂਨ ਦੇ ਵਿੱਚ ਸਪੂਨਗਿਰੀ ਨਹੀਂ ਹੋਊਗੀ ਉਹਨੂੰ ਚੰਗਾ ਲੱਗੂ ਤੇ ਜਿਹੜੇ ਜਿਨ੍ਹਾਂ ਨੇ ਕਰਾਏ ਹੋਣ ਉਹ ਕਹਿਣਾ ਚਾਚੇ ਮਾਮਿਆਂ ਨੂੰ ਪੁੱਠਾ ਬੋਲਦਾ ਇਸ ਤਾਂ ਹੀ ਬੋਲਾਂਗੇ ਜਦੋਂ ਕਿਸੇ ਸਾਲੇ ਤੋਂ ਕੁਛ ਲਿਆ ਨਹੀਂ किसे तो सान नहीं कराया कादी जी 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 करनी है दसो मैं इतों तक नहीं होंगी तुसी करोगे ताही साड़ियां गल्लां मिडल क्लास वाले नूं चंगियां लगदियां उच्चियां नूं चुभदियां ने भी सिद्धू तां गालां कढ़दा जी गालां अहीं कढ़ांगे इस तां हो कहिंदिआं कहाउंदिआं ने मूसे वाले दा अज लोहा मनिआ पिछा कर दे सच्चे दिलों सलूट उस रब जिने गरूर भन्या आओ चाचे मामिया दे सरां ते नहीं उड्या लोग बार बार आख दे बापू तेरे पुत नू पढ़ना नी कुछ सी गवार आख दे ओही बापू तेरे पुत नू ओही सिद्धू मूसे वाले नू स्टार कोई ओ नहीं भी मेरे वर्गा कुर्ता पजामा पाके स्टेज ते खड़ गया वाह वाह कराती सिद्धू मूसे वाला स्टार है जेड़ा आपके माँ प्यो नूं दो टाइम की रोटी इज्जत नाल दिंदा ना हरेक हरेक पुत स्टार आपके प्यो वास्ते
ਇੱਥੇ ਪਾ ਕੇ ਕੱਪੜੇ ਚ ਇਹਨਾਂ ਹੀ ਅਰੇਂਜ ਚ ਬਹਿ ਕੇ ਮੈਂ ਕਹੀਆ ਮੈਂ ਸਟਾਰ ਹਾਂ। ਹਰੇਕ ਪੁੱਤ ਹਰੇਕ ਧੀ ਜਿਹੜੇ ਆਪਦੇ ਮਾਂ ਪਿਓ ਦੀਆਂ ਅੰਦਰਾਂ ਸੌਖੀਆਂ ਰੱਖਦੇ ਨੇ ਸਾਰੇ ਸਟਾਰ ਨੇ ਉਹਨਾਂ ਵਾਸਤੇ ਤਾੜੀ ਮਾਰ ਦਿਓ। ਜੇ ਤੁਹਾਡੇ ਚੋਂ ਕੋਈ ਨਹੀਂ ਵੀ ਹੈਗਾ ਤਾਂ ਬਣਨ ਦੀ ਕੋਸ਼ਿਸ਼ ਕਰੋ। ਰੱਬ ਇੱਥੇ ਹੈ, ਸਵਰਗ ਵੀ ਇੱਥੇ ਹੈ, ਨਰਕ ਵੀ ਇੱਥੇ ਹੈ। ਜਿਨ੍ਹਾਂ ਨੇ ਜੰਮਿਆ ਜੀ ਉਹਨਾਂ ਨੂੰ ਠੇਡੇ ਮਾਰਤੇ, ਉਹ ਨਰਕ ਹੈ ਤੁਹਾਡਾ, ਜੇ ਉਹਨਾਂ ਦੀ ਸੇਵਾ ਕਰਨੀ ਉਹ ਸਵਰਗ ਹੈ ਤੁਹਾਡਾ। ਠੀਕ ਹੈ ਜੀ। ਉਹ ਮੈਂ ਇੰਨਾ ਸਿਆਣਾ ਹੈ ਨਹੀਂ ਪਰ ਮੈਨੂੰ ਕਦੇ ਕਦੇ ਜਿਹੜੀਆਂ ਦਿਲੋਂ ਗੱਲਾਂ ਆਉਂਦੀਆਂ ਕਹਿਣੀਆਂ ਪੈਂਦੀਆਂ। ਠੀਕ ਹੈ ਜੀ। ਸਿੱਧੀ ਗੱਲ ਹੈ, ਜਦੋਂ ਲੋਈ ਲੈ ਗਈ ਆਪਾਂ ਨਾ ਹੈਂਡ ਫਰੀ 1100 ਵਰਗੇ ਹੋ ਜਾਂਦੇ ਹਾਂ। ਸਿੱਧੀਆਂ ਸਿੱਧੀਆਂ ਗੱਲਾਂ। ਠੀਕ ਹੈ ਜੀ। ਕਿਸੇ ਦੇ ਹੱਥ ਲਓ ਜੀ, ਸਿੱਧੂ ਭਾਅ ਜੀ ਦੀਆਂ ਗੱਲਾਂ ਲਾਈਵ ਸ਼ੋਅ ਦੇ ਵਿੱਚ ਸੁਣਨ ਵਾਲੀਆਂ ਹੁੰਦੀਆਂ, ਔਰ ਇੰਨੀ ਗੈਦਰਿੰਗ ਜਿਹੜੀ ਆ ਉਹ ਹੁੰਦੀ ਸੀ ਉਹਨਾਂ ਦੇ ਗੀਤਾਂ ਦੇ ਨਾਲ ਨਾਲ ਉਹਨਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨਾ ਧੜੱਲੇ ਵਾਲੀਆਂ, ਮਤਲਬ ਉਹ ਲੋਕ ਬੜੀ ਦੂਰੋਂ ਦੂਰੋਂ ਸੁਣਨ ਆਉਂਦੇ ਸਨ, ਔਰ ਇੱਕ ਚੀਜ਼ ਹੈ ਕਿ ਜਿਹੜੀ ਵੀ ਗੱਲ ਜਿਹੜਾ ਵੀ ਗਾਣਾ ਉਹਨਾਂ ਨੇ ਗਾਇਆ ਨਾ ਉਹ ਤੁਸੀਂ ਅਗਰ ਵੇਖੋ ਤੇ ਜੇ ਆਪਣੇ ਆਪ ਨੂੰ ਰੱਖ ਕੇ ਵੇਖੋਗੇ ਨਾ ਤੇ ਤੁਹਾਨੂੰ ਇੰਝ ਫੀਲ ਹੋਏਗਾ ਜਿਵੇਂ ਤੁਹਾਡੇ ਦੇ ਬਣਿਆ, ਬਿਲਕੁਲ ਏਦਾਂ ਉਹਨਾਂ ਦੇ ਗਾਣੇ ਹੁੰਦੇ ਸਨ। ਅੱਛਾ ਇਹਨੇ ਤਾਂ ਬੜੀ ਇੱਕ ਵੀਡੀਓ ਬੜੀਆਂ ਵਾਇਰਲ ਹੋਈਆਂ ਸੀ ਪਹਿਲੇ ਜਦੋਂ ਇਹਨਾਂ ਨੇ ਨਵਾਂ ਨਵਾਂ ਗੀਤ ਕੱਢਿਆ ਨਾ, ਉਦੋਂ ਮੈਂ ਟਿਕਟੋਕ 'ਤੇ ਵੀਡੀਓ ਵੇਖਦਾ ਪਿਆ ਅਤੇ ਉਹਨੇ ਜੀ ਮਾਮੇ ਨੂੰ ਫੋਨ ਕੀਤਾ, ਮਾਮਾ ਮੈਂ ਬਾਹਰ ਫਸ ਗਿਆ, ਮੈਂ ਕੰਮ ਲਵਾਉਣਾ, ਮੈਨੂੰ ਪੈਸੇ ਭੇਜ, ਅਤੇ ਮਾਮਾ ਕਹਿੰਦਾ ਉਦੋਂ ਤੇ ਤੂੰ ਗੀਤ ਗਾਉਂਦਾ ਹੁੰਦਾ ਸੀ, ਕਹਿੰਦਾ ਮਾਮਾ ਕਿਹੜੇ ਮਾਮ ਚਾਚੇ ਮਾਮੇ ਉਹ ਪਿੱਛੇ ਗਾਣਾ ਲੱਗ ਜਾਂਦਾ ਸੀ, ਇਹ ਬੜੀ ਵਾਇਰਲ ਹੋਈ ਸੀ, ਮਾਮਾ ਮੈਂ ਤਾਂ ਫਸ ਗਿਆ ਤੇ ਮੈਨੂੰ ਜ਼ਰਾ ਨਾ ਪੈਸੇ ਪੈਸੇ ਭੇਜ, ਕਹਿੰਦਾ ਹੁਣ ਬਣਾ ਟਿਕਟੋਕ ਵੇ ਮੈਂ ਚਾਚੇ ਮਾਮੇ ਨਾਲ ਜ਼ਰਾ ਕਹਿੰਦਾ ਉਹਦੇ ਵਿੱਚ ਬੜੇ ਗਾਣੇ ਕਰਦਾ ਸੀ, ਕਹਿੰਦਾ ਮਾਮਾ ਕਿਹੜਾ ਵੀ ਜੇ ਸਿੱਧੂ ਭਾਈ ਦਾ ਗਾਣਾ ਲੱਗ ਜਾਂਦਾ ਚਾਚੇ ਮਾਮੇ ਦਾ, ਹਾਂ ਬੜੇ ਲੋਕਾਂ ਨੇ ਉਂਝ ਬਣਾਏ ਸਨ ਉਦੋਂ। ਲੇਕਿਨ ਇੱਕ ਚੀਜ਼ ਹੈ ਕਿ ਮਤਲਬ ਉਹਨੇ ਕਿਹਾ ਕਿ ਜਦੋਂ ਕਿਸੇ ਤੋਂ ਕੁਝ ਲਿਆ ਨਹੀਂ ਕੋਈ ਆਸਾਨ ਨਹੀਂ ਕਰਵਾਇਆ ਤੇ ਫਿਰ ਕਾਹਦੀ ਜੀ ਜੀ ਕਰੀਏ ਹੁਣ, ਮਤਲਬ ਤੇ ਸਹੀ ਗੱਲ ਹੈ। ਬਿਲਕੁਲ ਉਹਨਾਂ ਦੀਆਂ ਗੱਲਾਂ ਸਿੱਧੀਆਂ ਹੁੰਦੀਆਂ ਹਨ ਧੜੱਲੇ ਵਾਲੀਆਂ। ਸਭ ਤੋਂ ਪਹਿਲੇ ਚੱਲਦੇ ਹਾਂ ਸਨੀ ਵੀਰੇ ਵੱਲ, ਸਨੀ ਵੀਰੇ ਕੋਲੋਂ ਪੁੱਛਦੇ ਹਾਂ ਕਿ ਸਿੱਧੂ ਭਾਅ ਜੀ ਦਾ ਸਭ ਤੋਂ ਇਹਨਾਂ ਨੂੰ ਵਧੀਆ ਗਾਣਾ, ਇਹਨਾਂ ਦਾ ਪਸੰਦੀਦਾ ਜਿਹੜਾ ਗਾਣਾ ਹੈ, ਫੇਵਰੇਟ ਗਾਣਾ ਸਿੱਧੂ ਭਾਈ ਦਾ ਕਿਹੜਾ? ਮੈਂ ਕਹਿੰਦਾ ਇਹਨਾਂ ਦਾ, ਇਹ ਤਾਂ ਵੈਸੇ ਸਵਾਲ ਬਣਦਾ ਨਹੀਂ ਕਿ ਇਹਨਾਂ ਦਾ ਫੇਵਰੇਟ ਕਿਹੜਾ ਹੈ, ਇੱਕ ਬੰਦੇ ਦਾ ਗਾਣਾ ਹੀ ਫੇਵਰੇਟ ਹੈ, ਹਰ ਗਾਣਾ ਤੇ ਹੈ, ਲੇਕਿਨ ਇੱਕ ਹੁੰਦਾ ਨਾ ਬੰਦੇ ਦੀ ਆਪਣੀ ਚੁਆਇਸ ਹੁੰਦੀ ਹੈ ਕਿ ਨਹੀਂ ਯਾਰ ਆਹ ਗਾਣਾ ਸਿੱਧੂ ਭਾਈ ਦਾ, ਮੈਂ ਨਾ ਜਿੰਨੀ ਵਾਰੀ ਮਰਜ਼ੀ ਸੁਣੀ ਜਾਵਾਂ ਕਿ ਆਹ ਮੇਰਾ ਸਭ ਤੋਂ ਫੇਵਰੇਟ, ਦੋ ਗੀਤ ਨੇ ਉਹਨਾਂ ਦੇ ਜਿਹੜੇ ਮੈਂ ਤਕਰੀਬਨ ਲਗਾਤਾਰ ਹੀ ਸੁਣਦਾ ਵਾਂ ਤੇ ਮੈਂ ਸੁਣਦਾ ਹੀ ਰਹਿੰਦਾ ਵਾਂ। ਇੱਕ ਮਾਂ ਮੈਂ ਜਮਾਂ ਤੇਰੇ ਵਰਗਾ ਵਾਂ, ਉਹ ਮੈਨੂੰ ਨਾ ਬੜਾ ਹੀ ਸੋਹਣਾ ਲੱਗਦਾ, ਮੈਂ ਸੁਣਦਾ ਰਹਿੰਦਾ। ਇੱਕ ਉਹਨਾਂ ਦਾ ਦੂਸਰਾ ਸੀ ਆਪਾਂ ਦੋਨੋਂ ਇਕੱਠੇ 'ਚ ਕਿੰਨੇ ਸੋਹਣੇ ਲੱਗਦੇ, ਬਾਪੂ ਦੀ ਟੋਰ ਬਣਾਉਣੀ ਰਿਐਲਿਟੀ ਬੇਸ ਬਹੁਤ ਵਧੀਆ ਵੈਸੇ 295 ਮੈਂ ਤੇ ਸਭ ਤੋਂ ਜ਼ਿਆਦਾ 295 ਫਿਰ ਗੇਮ ਸੌਂਗ ਜਿਹੜਾ ਸੀ ਨਾ ਇਹਨਾਂ ਦਾ ਮਤਲਬ ਸ਼ੂਟਰ ਕਾਲੂ ਦੇ ਨਾਲ ਜਿਹੜੇ ਬੋਲ ਹੁੰਦੇ ਨੇ ਯਾਰ ਉਹ ਕਿਆ ਬੋਲ ਨੇ। ਉਸ ਤੋਂ ਇਲਾਵਾ ਵੀ ਸਾਰੇ ਗਾਣੇ ਮਤਲਬ ਸੁਣਨ ਦਾ ਮਜ਼ਾ ਆਉਂਦਾ, ਲੇਕਿਨ ਸੋ ਹਾਈ ਬਹੁਤ ਵਧੀਆ ਇਹਨਾਂ ਦਾ ਗਾਣਾ ਕੱਢਿਆ ਸੀ ਕਿ ਹੁਣ ਦੱਸੋ ਮੈਨੂੰ ਕੌਣ ਜਿੱਤਿਆ ਤੇ ਕੌਣ ਹਾਰਿਆ ਸਿਆਸਤ ਦੇ ਬਾਰੇ ਚ, ਉਹ ਇਹਨਾਂ ਦਾ ਬੜਾ ਕੈਂਟ ਸੌਂਗ ਗਿਆ ਜਦੋਂ ਇਲੈਕਸ਼ਨ ਹੋਈ ਸੀ ਨਾ ਉਹਨਾਂ ਨੇ ਕੱਢਿਆ ਸੀ ਗਾਣਾ ਸੀ ਮਤਲਬ ਪਹਿਲੇ ਤੁਸੀਂ ਇਹਨੂੰ ਕਿਉਂ ਜਿਤਾਇਆ ਪਾਰਟੀ ਨੂੰ ਇਹਨਾਂ ਵਾਲਾ ਗਾਣਾ ਕਹਿ ਰਹੇ ਨਾ ਉਹ ਉਹਨਾਂ ਦੇ ਸਮਝੋ ਕਿ ਇਹਨਾਂ ਨੇ ਜਦੋਂ ਇਲੈਕਸ਼ਨ ਹੋ ਗਈ ਸੀ ਹਰਨ ਤੋਂ ਬਾਅਦ ਉਹਨੇ ਉਹ ਗਾਣਾ ਇਲੈਕਸ਼ਨ ਤੋਂ ਬਾਅਦ ਉਹਨਾਂ ਦਾ ਆਇਆ ਸੀ ਗਾਣਾ ਬਹੁਤ ਕੈਂਟ ਗਾਣਾ ਤੁਸੀਂ ਕਹਿੰਦੇ ਉਹਨੇ ਪਾਰਟੀ ਨਹੀਂ ਸੀ ਚੂਜ਼ ਕੀਤੀ ਪਹਿਲੀ ਵੀ ਤੁਸੀਂ ਦੋ ਵਾਰੀ ਇਹਨੂੰ ਜਿਤਾਇਆ ਉਹਦੇ ਵਿੱਚ ਬੋਲ ਹੁੰਦਾ ਜਿਹੜਾ ਹਨਾ। ਚਲੋ ਬਾਕੀ ਜੇ ਕਿੱਦਾਂ ਲੱਗਾ ਇਹਦਾ ਵੀਡੀਓ ਕਮੈਂਟ ਕਰੋ ਤੇ ਆਪਾਂ ਮਿਲਦੇ ਹਾਂ ਅਗਲੇ ਵੀਡੀਓ ਵਿੱਚ।